ਲੜਕੇ ਲੜਕੀ ਦਾ ਭੱਜ ਕੇ ਵਿਆਹ ਕਰਵਾਉਣਾ ਪੂਰੇ ਪਰਿਵਾਰ ਤੇ ਭਾਰੀ ਪੈ ਗਿਆ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਭਗਵਾ ਦੀ ਹੈ, ਜਿੱਥੇ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਨਾ ਸਿਰਫ ਲੜਕੇ ਦੀ ਬਲਕਿ ਉਸਦੇ ਪਰਿਵਾਰ ਵਾਲਿਆਂ ਦੇ ਵੀ ਘਰ ਆ ਕੇ ਕੁੱਟਮਾਰ ਕੀਤੀ ਅਤੇ ਉਸਦੇ ਅੱਧੇ ਘਰ ਨੂੰ ਵੀ ਅੱਗ ਲਗਾ ਦਿੱਤੀ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਕੀ ਕਰ ਰਹੇ ਹੋ ਤੁਸੀਂ ਐਸ ਐਸ ਪੀ ਦਫ਼ਤਰ ਪਹੁੰਚੇ? ਮੇਰੇ ਘਰਦਿਆਂ ਨੂੰ ਕੁੱਟਦੇ ਮਾਰਦੇ, ਮੈਂ ਲਵ ਮੈਰਿਜ ਕਰਾਈ ਆ ਅਤੇ ਮੇਰੇ ਘਰਦਿਆਂ ਨੂੰ ਕੁੱਟਦੇ ਮਾਰਦੇ ਆ ਕੁੜੀ ਦੇ ਘਰ ਦੇ, ਅਤੇ ਵੈਸੇ ਘਰ ਬਾਹਰ ਵੀ ਸਾੜਦਾ ਵਾ। ਮੇਰੀ ਮੰਮੀ ਨੇ ਘਰੋਂ ਕੱਢ ਕੇ ਖੜਿਆ ਉਹਨਾਂ, ਮਤਲਬ ਆਪਣੇ ਘਰ ਕੁੱਟ ਕੇ ਕੁੱਟਿਆ ਮਾਰਿਆ, ਕੱਪੜੇ ਕੁੱਪੜੇ ਫਾੜੇ ਆ। ਅਤੇ ਇੱਕ ਮੇਰਾ ਵੱਡਾ ਭਰਾ ਵਾ, ਉਹਨੂੰ ਥਾਣੇ ਦੇ ਵਿੱਚ ਬਾਇਆ ਵਾ ਉਹਨਾਂ, ਅਤੇ ਸਾਡੇ ਨਾਮ ਵੀ ਮਤਲਬ ਰਾਜ਼ੀਨਾਮਾ ਕਰੋ, ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਦੇ ਪਰਚੇ ਕਰ ਦਿੰਦੇ। ਕੀ ਮੰਗ ਕਰਦੇ? ਸਾਨੂੰ ਇਨਸਾਫ ਚਾਹੀਦਾ, ਜਿੰਨਾ ਵੀ ਸਾਡੇ ਘਰ ਮਤਲਬ ਘਰ ਬਾਹਰ ਫੂਕਿਆ ਵਾ ਉਹਨਾਂ, ਸਾਨੂੰ ਸਾਰਾ ਪੈਸਾ ਧੇਲਾ ਵੀ ਚਾਹੀਦਾ, ਇਨਸਾਫ ਵੀ ਚਾਹੀਦਾ। ਮਾਰ ਕੇ ਨਾ ਕੀਤੀ? ਕੁੱਟ ਮਾਰ ਮੇਰੀ ਮੰਮੀ ਨਾਲ ਅਤੇ ਮੇਰੇ ਵੱਡੇ ਭਰਾ ਨੇ ਕੀਤੀ। ਹਥਿਆਰਾਂ ਦਾ ਵੀ ਇਸਤੇਮਾਲ ਕੀਤਾ? ਹਾਂਜੀ, ਪੁੱਠੇ ਦਾਤਰ ਮਾਰੇ ਜੀ, ਪੁੱਠੇ ਦਾਤਰ ਮਾਰੇ ਜੀ। ਚਲ ਕੋਈ ਨਹੀਂ। ਹਾਂਜੀ, ਕੀ ਨਾਮ ਹੈ ਜੀ? ਜਗਪ੍ਰੀਤ ਕੌਰ। ਅੱਜ ਕੀ ਮਾਮਲਾ ਆਇਆ ਤੁਸੀਂ ਅੱਜ ਇੱਥੇ ਪਹੁੰਚੇ? ਮੈਂ ਲਵ ਮੈਰਿਜ ਕਰਵਾਈ ਆ ਅਤੇ ਮੇਰੇ ਘਰ ਦੇ ਨਹੀਂ ਮੰਨਦੇ, ਇਸ ਕਰਕੇ ਮੇਰੇ ਸੱਸ ਸਹੁਰੇ ਨੂੰ ਉਹਨਾਂ ਨੇ ਮੇਰੀ ਸੱਸ ਨੂੰ ਕੁੱਟਿਆ, ਇਸ ਕਰਕੇ ਅਸੀਂ ਇੱਥੇ ਆਏ ਹਾਂ ਥਾਣੇ 'ਚ, ਕਿਉਂਕਿ ਸਾਡੇ ਮਜੀਠੇ ਕੋਈ ਸੁਣਵਾਈ ਨਹੀਂ ਹੋਈ। ਮੇਰੇ ਜੇਠ ਨੇ ਉੱਥੇ ਉਹ ਕੀਤਾ ਸੀ, ਫਾਰਮ ਦਿੱਤੇ ਸੀ, ਪਰ ਉਹਨਾਂ ਨੇ ਕੋਈ ਸੁਣਿਆ ਨਹੀਂ ਸਾਡੀ, ਅਸੀਂ ਇਸ ਕਰਕੇ ਇੱਥੇ ਆਏ ਹਾਂ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 20 ਸਾਲ ਹੈ। ਵਿਆਹ ਨੂੰ ਕਿੰਨਾ ਸਮਾਂ ਹੋ ਗਿਆ? ਵਿਆਹ ਨੂੰ ਹੁਣੇ ਆ 12 ਕੁ ਦਿਨ ਹੋਏ ਹੋਣੇ ਆ। 12 ਕੁ ਦਿਨ ਹੋਏ? ਅੱਜ ਸੱਟਾਂ ਲੱਗੀਆਂ? ਕਿਹਦੇ ਕਿਹਦੇ ਸੱਟਾਂ ਲੱਗੀਆਂ ਨੇ? ਮੇਰੀ ਸੱਸ ਦੇ ਅਤੇ ਮੇਰੇ ਜੇਠ ਦੇ। ਅਤੇ ਕਿਸ ਤਰ੍ਹਾਂ ਤੁਹਾਡੇ ਘਰ ਆਏ ਸੀ ਉਹ? ਹਾਂਜੀ, ਘਰ ਆਏ ਸੀ, ਨਾਲੇ ਉਹਨਾਂ ਨੇ ਮੇਰੀ ਸੱਸ ਨੂੰ ਕੁੱਟਿਆ, ਨਾਲੇ ਘਰੇ ਖੜਿਆ ਮੇਰੇ, ਅਤੇ ਨਾਲੇ ਅੱਗ ਲਾ ਦਿੱਤੀ ਘਰੇ ਸਾਡੇ, ਵਾਹਵਾ ਨੁਕਸਾਨ ਕੀਤਾ ਉਹਨਾਂ ਨੇ ਸਾਡਾ। ਕੀ ਮੰਗ ਕਰਦੇ? ਸਾਨੂੰ ਇਨਸਾਫ ਚਾਹੀਦਾ ਹੈ, ਜਿਹੜਾ ਵੀ ਨੁਕਸਾਨ ਹੋਇਆ ਆ ਉਹਦਾ ਪੈਸਾ ਧੇਲਾ ਵੀ ਪੂਰਾ ਲਾਉਣ। ਹਾਂਜੀ, ਕੀ ਨਾਮ ਹੈ ਜੀ? ਰਣਜੀਤ ਕੌਰ। ਅੱਜ ਕੀ ਮਾਮਲਾ ਆਇਆ? ਮਾਮਲਾ ਆਇਆ, ਮੁੰਡੇ ਮੇਰੇ ਨੇ ਕੋਰਟ ਮੈਰਿਜ ਕੀਤੀ, ਕੁੜੀ ਦੇ ਜਿਹੜੇ ਘਰ ਦੇ ਸੀ ਨਾ ਉਹ ਸਾਡੇ ਘਰ ਆ ਗਏ ਆ, ਕਿਤੇ ਕੁੜੀ ਦਾ ਚਾਚੇ ਦਾ ਮੁੰਡਾ ਤਾਂ ਮੈਨੂੰ ਚੁੱਕ ਕੇ ਲੈ ਗਏ, ਖਿੱਚ ਕੇ ਖੜਿਆ ਗਲੀਆਂ ਦੇ ਵਿੱਚੋਂ ਦੀ, ਧੂ ਕੇ ਖੜਿਆ, ਮੇਰੇ ਕੱਪੜੇ ਪਾੜੇ ਆ। ਇਹ ਜਨਾਨੀਆਂ ਇਕੱਠੀਆਂ ਹੋ ਕੇ ਸਾਰੀਆਂ ਆਈਆਂ ਨੇ, ਦਾਤਰ ਲਿਆਂਦੇ ਇਹਨਾਂ ਨੇ, ਰੱਬ ਵੱਲੋਂ ਕੋਈ ਸਾਡਾ ਜੀ ਘਰ ਨਹੀਂ ਹੈ, ਮੈਂ ਤਾਂ ਮੇਰੀ ਨੂੰਹ ਹੀ ਘਰ। ਮੈਂ ਜਿਹੜੀ ਗੱਲ ਆ ਮੇਰੇ ਨਾਲ ਕਰੋ, ਮੇਰੀ ਨੂੰਹ ਨਾਲ ਨਹੀਂ ਤੁਹਾਡੀ ਕੋਈ ਗੱਲ। ਇਹਨਾਂ ਮੇਰੇ ਕੱਪੜੇ ਪਾੜ ਦਿੱਤੇ, ਸਰ ਸੱਟਾਂ ਸੁੱਟਾਂ ਲਾਈਆਂ, ਮੇਰੇ ਆਪ ਦਾਤਰ ਮਾਰਿਆ ਨੇ ਪੁੱਠਾ। ਕੀ ਮੰਗ ਕਰਦੇ? ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ, ਇਹ ਗਰੀਬ ਆਦਮੀ ਆ, ਮਾਤੜ ਆ, ਸਾਨੂੰ ਇਨਸਾਫ ਚਾਹੀਦਾ। ਅੱਜ ਕਿੱਥੇ ਆਏ? ਇੱਥੇ ਦਫ਼ਤਰ ਆਏ। ਜਦੋਂ ਇਸ ਬਾਰੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਗਵਾਨ ਦਾ ਜਿਹੜਾ ਲੜਕੀ ਦਾ ਮਸਲਾ ਆਇਆ ਸੀਗਾ ਸਰ, ਕੀ ਮਸਲਾ ਹੈਗਾ ਜਿਹੜੇ ਕੁੱਟਮਾਰ ਕੀਤੀ ਗਈ ਅੱਜ ਪਰਿਵਾਰ ਦੇ ਨਾਲ? ਅੱਜ ਤੋਂ 15-20 ਦਿਨ ਪਹਿਲੇ ਇੱਕ ਲੜਕੀ ਭੰਗਵਾਂ ਤੋਂ ਗਈ ਸੀ ਅਤੇ ਭੰਗਵਾਂ ਦੇ ਮੁੰਡੇ ਨਾਲ ਹੀ ਗਈ ਹੈ, ਬਲਕ ਲੜਕੀ ਸੀ। ਉਹਨਾਂ ਫਿਰ ਇੱਥੇ ਦਰਖਾਸਤ ਦਿੱਤੀ, ਲਿਆ ਕੇ ਇਹਨਾਂ ਨੂੰ ਪੁੱਛਗਿੱਛ ਕੀਤਾ ਗਿਆ। ਜਿਹੜੇ ਲੜਕੇ ਨੇ ਲੜਕੀ ਲੈ ਕੇ ਗਿਆ ਸੀ ਉਹਦੇ ਪਰਿਵਾਰ ਵਾਲਿਆਂ ਨੇ ਕਿਹਾ ਵੀ ਅਸੀਂ ਲੱਭ ਕੇ ਅਤੇ ਉਹਨੂੰ ਲੜਕੀ ਨੂੰ ਪੇਸ਼ ਕਰਵਾ ਦੇਵਾਂਗੇ, ਪਰ ਉਹ ਕਾਫੀ ਦਿਨ ਬੀਤ ਜਾਣ ਕਰਕੇ ਉਹਨਾਂ ਨੇ ਲੜਕੀ ਨਹੀਂ ਪੇਸ਼ ਕਰਾਈ। ਅੱਜ ਉਹ ਇਹਨਾਂ ਦੇ ਪੁੱਛਣ ਗਏ ਆ, ਰਸਤੇ 'ਚ ਕਿਤੇ ਇਹਨਾਂ ਦੇ ਟੱਕਰੇ ਹੋ ਗਏ ਆ, ਉਹਨਾਂ ਨੇ ਲੜਕੀ ਲੇਡੀਜ਼ ਨੂੰ ਉਹਦੀ ਲੜਕੇ ਦੀ ਮਾਂ ਨੂੰ ਪੁੱਛਿਆ ਵੀ ਤੁਸੀਂ ਸਾਡੀ ਲੜਕੀ ਕਿਉਂ ਨਹੀਂ ਪੇਸ਼ ਕਰਾਉਂਦੇ। ਇਸ ਗੱਲ ਤੋਂ ਲੈ ਕੇ ਉਹਨਾਂ ਦੀ ਆਪਸ 'ਚ ਤਕਰਾਰ ਹੋ ਗਈ ਆ ਲੇਡੀਜ਼ ਦੇ ਨਾਲ, ਅਤੇ ਮੁੜ ਕੇ ਤਕਰਾਰ ਹੋਣ ਕਰਕੇ ਇਹਨਾਂ ਦਾ ਥੋੜ੍ਹਾ ਆਪਸੀ ਝਗੜਾ ਵੀ ਪੈ ਗਿਆ। ਇਸ ਤੋਂ ਬਾਅਦ ਇਹਨਾਂ ਨੇ ਜਿਹੜੇ ਲੜਕੇ ਧਿਰ ਵਾਲੇ ਸੀ ਇਹਨਾਂ ਨੇ ਬੰਦੇ ਇਕੱਠੇ ਕਰਕੇ ਉਹਨਾਂ ਦੇ ਲੇਡੀਜ਼ ਦੇ ਵੀ ਥੋੜ੍ਹਾ ਕੱਪੜੇ ਕੁੱਪੜੇ ਪਾੜੇ ਨੇ, ਉਹਨਾਂ ਦੇ ਮੁਤਾਬਕ ਉਹ ਵੈਰੀਫਾਈ ਕਰ ਰਹੇ ਹਾਂ। ਜੋ MLR ਆਏਗੀ, ਜੋ ਡਾਕਟਰੀ ਨਤੀਜਾ ਆਏਗਾ ਜਾਂ ਜੋ ਵੀ ਸੱਚਾਈ ਸਾਹਮਣੇ ਆਏਗੀ ਉਹਦੇ ਤਹਿਤ ਮੁਕਦਮੇ ਦਰਜ ਕੀਤੇ ਜਾਣਗੇ। ਸਰ ਕਹਿਣਾ ਕਿ ਜੇ 17 ਤਰੀਕ ਦੀ ਮੈਰਿਜ ਹੋਈ ਹੈ, ਕੋਰਟ ਮੈਰਿਜ, ਉਹਦੇ ਕਾਗਜ਼ ਵਿਵਿਧ ਵਰਗੀ ਥਾਣੇ ਵਿੱਚ ਪਹੁੰਚੇ ਗਏ, ਪਰ ਉਹਨਾਂ ਨੂੰ ਫਿਰ ਵੀ ਪੁੱਛਿਆ ਨਹੀਂ? ਅਜੇ ਤੱਕ ਕਿਸੇ ਨੇ ਵੀ ਕੋਈ ਵੀ ਜਿਹੜੇ ਮੈਰਿਜ ਦੇ ਕਾਗਜ਼ ਆ ਉਹ ਸਾਡੇ ਥਾਣੇ ਦੇ ਵਿੱਚ ਨਹੀਂ ਰਿਸੀਵ ਹੋਏ, ਨਾ ਸਾਨੂੰ ਇਹ ਪਤਾ ਵੀ ਉਹਨਾਂ ਨੇ ਕਿੱਥੇ ਮੈਰਿਜ ਕਰਾਈ ਆ, ਨਾ ਸਾਨੂੰ ਇਹ ਪਤਾ ਵੀ ਕਿਹੜੀ ਕੋਰਟ ਦੇ ਆਰਡਰ ਆਏ ਆ। ਜੇ ਕੋਰਟ ਦੇ ਆਰਡਰ ਆਏ ਵੀ ਆ, ਇਹਨਾਂ ਨੇ ਅੱਜ ਵੀ ਪੇਸ਼ ਕਰ ਸਕਦੇ ਸੀ ਜਦੋਂ ਅਸੀਂ ਇਹਨਾਂ ਨੂੰ ਕਹਿਣ 'ਤੇ ਪੁੱਛਿਆ ਵਾ, ਤਾਂ ਇਹਨਾਂ ਨੇ ਉਹ ਵੀ ਨਹੀਂ ਦੱਸਿਆ ਵੀ ਮੈਰਿਜ ਹੋ ਗਈ ਆ ਕਿ ਨਹੀਂ ਹੋ ਗਈ। ਇਸ ਕਰਕੇ ਇਹਨਾਂ ਦਾ ਜਿਹੜਾ ਤਕਰਾਰ ਸੀ ਉਹ ਵਧਿਆ ਸੀ, ਬਾਕੀ ਜੋ MLR ਆਏਗੀ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੂੰ ਘਰੋਂ ਲੈ ਕੇ ਲੜਕੀ ਪਰਿਵਾਰ ਵੱਲੋਂ ਘਰੋਂ ਉਹਦੀ ਮਾਂ ਨੂੰ ਚੁੱਕ ਕੇ ਕੁੱਟਮਾਰ ਕੀਤੀ ਗਈ, ਜਦਕਿ ਮੁਲਾਜ਼ਮ ਉਹਨਾਂ ਦੇ ਘਰੋਂ ਲੈ ਕੇ ਆਏ ਅੱਜ ਔਰਤ ਨੂੰ? ਨਹੀਂ, ਐਸੀ ਕੋਈ ਗੱਲ ਨਹੀਂ ਆਈ ਜੀ, ਮੁਲਾਜ਼ਮ ਤਾਂ ਕੋਈ ਨਹੀਂ ਘਰੋਂ ਲੈ ਕੇ ਆਇਆ। ਜਦੋਂ 112 'ਤੇ ਕੰਪਲੇਂਟ ਹੋਈ ਸੀ ਮੁਲਾਜ਼ਮ ਉੱਥੋਂ ਗਏ, ਉਦੋਂ ਨੂੰ ਝਗੜਾ ਹੱਟ ਹੁੱਟ ਗਿਆ ਤਾਂ ਸੀ, ਸਗੋਂ ਜਿਹੜੇ ਲੜਕੇ ਧਿਰ ਵਾਲੇ ਆ ਉਹ ਅਗਰੈਸਿਵ ਹੋ ਰਹੇ ਸੀ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਜਿਹੜੀ ਲੇਡੀਜ਼ ਦੀ ਲੜਾਈ ਹੋਈ ਸੀ ਆਪਸ 'ਚ, ਉਹਨਾਂ ਨੇ ਦੱਸਿਆ ਵੀ ਆ ਵੀ ਇਹਨਾਂ ਦਾ ਕੋਈ ਸਿਰ ਸੁਰ ਵੀ ਪਾਟੇ ਆ, ਇੱਕ ਦੂਜੇ ਦੇ ਕੱਪੜੇ ਵੀ ਪਾਟੇ ਆ। ਉਹਦੇ ਵਿੱਚ ਮੁਲਾਜ਼ਮਾਂ ਨੇ ਜਾ ਕੇ ਇਹਨਾਂ ਨੂੰ ਸ਼ਾਂਤ ਕੀਤਾ ਵੀ ਲੜੋ ਨਾ, ਜੋ ਕਾਨੂੰਨੀ ਕਾਰਵਾਈ ਬਣਦੀ ਹੈ ਤੁਹਾਡੀ ਅਸੀਂ ਉਹ ਕਰਾਂਗੇ। ਅਤੇ ਹੁਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ?
ਹੁਣ ਐਮ ਐਲ ਆਰ ਆਉਣ 'ਤੇ ਹੈ ਜੀ ਅਜੇ ਦੋਨਾਂ ਧਿਰਾਂ ਵੱਲੋਂ ਕੋਈ ਵੀ ਦਰਖਾਸਤਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ ਜਿਹੜੇ ਬੰਦੇ ਅਗਰੈਸਿਵ ਹੁੰਦੇ ਸੀ ਅਗਰੈਸਿਵ ਹੋ ਰਹੇ ਸੀ ਆਪਾਂ ਉਹ ਦੇਖਦੇ ਹਾਂ ਵੀ ਉਹਨਾਂ ਦੀ ਸਤਿਗੁਰਜਾ ਕਰਨੀ ਹੈ ਕਿ ਮਾਮਲਾ ਇੱਦਾਂ ਸ਼ਾਂਤ ਹੋ ਸਕਦਾ ਅਭਾਜੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।